ਹਾਂਜੀ, ਕੀ ਹਾਲ ਚਾਲ ਨੇ ਦੋਸਤੋ? ਅਤੇ ਗੱਲ ਕਰਦੇ ਹਾਂ ਹਨੀ ਸਿੰਘ ਦਾ, ਜਿਹੜਾ ਹੁਣੇ ਗਾਣਾ ਆਇਆ ਧੀਠ, ਸੁਣੋ ਕਲਿੱਪ। ਹਾਂਜੀ, ਅਤੇ ਇਸ ਗਾਣੇ ਵਿੱਚ ਤੁਹਾਨੂੰ ਕੀ ਸੁਣਨ ਨੂੰ ਮਿਲਿਆ ਕਿ ਬੰਦੇ ਅਸੀਂ ਟੀਠ 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 ਦਾਰੂ ਪੀਂਦੇ ਨੀਠ ਨੀਠ ਨੀਠ। ਹਨੀ ਸਿੰਘ ਦਾ ਕਹਿਣ ਦਾ ਮਤਲਬ ਆ ਦਾਰੂ ਅਸੀਂ ਪੀਂਦੇ ਟੀਠ, ਬੰਦੇ ਅਸੀਂ ਟੀਠ, ਦਾਰੂ ਪੀਂਦੇ ਨੀਠ। ਠੀਕ ਹੈ ਜੀ। ਹੁਣ ਇਹ ਜਿਹੜਾ ਗਾਣਾ ਆ ਗਾਇਆ, ਪਹਿਲਾਂ ਐਲਬਮ ਆਈ ਸੀ, ਵੀ ਐਲਬਮ 'ਤੇ ਇਕੱਲਾ ਮਿਊਜਿਕ ਸੀਗਾ, ਵੀਡੀਓ ਨਹੀਂ ਸੀਗੀ। ਹੁਣ ਵੀਡੀਓ ਕੱਢੀ ਗਈ ਹੈ ਅਤੇ ਤੁਸੀਂ ਅਗਲਾ ਭਾਗ ਸੁਣੋ। ਹਾਂਜੀ, ਅਤੇ ਇਸ ਕਲਿੱਪ ਤੋਂ ਇਹ ਸਾਬਿਤ ਹੋ ਰਿਹਾ ਆ ਕਿ ਗਾਣਾ ਸਿਰਫ ਉਹਨਾਂ ਬੰਦਿਆਂ ਲਈ ਕੱਢਿਆ ਗਿਆ ਆ ਜਿਹੜੇ ਕਲੱਬਾਂ ਪਾਰਟੀਆਂ 'ਚ ਡਾਂਸ ਕਰਦੇ ਨੇ ਅਤੇ ਬਸ ਇੰਜੋਇਮੈਂਟ ਕਰਦੇ ਨੇ। ਅਤੇ ਹਨੀ ਸਿੰਘ ਦੀ ਆਵਾਜ਼ ਦਾ ਫਰਕ ਦੇਖੋ ਤੁਸੀਂ, ਅੱਜ ਤੋਂ ਜਿਹੜੇ ਪਹਿਲਾਂ ਗਾਣੇ ਹੋਏ 2013, 14, 15 ਦੇ, ਉਹ ਗਾਣੇ ਇੱਕ ਦੁਬਾਰਾ ਸੁਣੋ ਜਾ ਕੇ ਤੁਸੀਂ। ਅਤੇ ਆਹ ਵਾਲਾ ਗਾਣੇ ਦੀ ਮੈਂ ਲਿੰਕ ਦੇ ਦੇਣਾ, ਇਹ ਗਾਣਾ ਸੁਣੋ ਤੁਸੀਂ, ਦੇਖੋ ਕਿੰਨਾ ਫਰਕ ਆ ਆਵਾਜ਼ ਦਾ। ਅਤੇ ਆਵਾਜ਼ 'ਚ ਫਰਕ ਕਿੱਦਾਂ ਆ ਮੈਨੂੰ ਨਹੀਂ ਪਤਾ ਹੈਗਾ, ਬਟ ਪਹਿਲੇ ਗਾਣੇ ਆ ਅਤੇ ਹੁਣ ਜਿਹੜੇ ਗਾਣੇ ਆ ਰਹੇ ਆ ਆਵਾਜ਼ 'ਚ ਬਹੁਤ ਫਰਕ ਆ। ਤੁਹਾਨੂੰ ਵੀ ਲੱਗਦਾ ਕਿ ਮੈਨੂੰ ਇਕੱਲੇ ਨਹੀਂ ਲੱਗਦਾ? ਦੱਸਿਓ ਜ਼ਰੂਰ। ਧੰਨਵਾਦ।